ਇਹਨਾਂ ਤਸਵੀਰਾਂ ਨੂੰ ਦੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਹ ਤਸਵੀਰਾਂ ਵਿਧਾਨ ਸਭਾ ਦੀਆਂ ਨੇ ਜਾਂ ਫਿਰ ਕਿਸੇ ਦੇ ਘਰ ਦਾ ਕਲੇਸ਼ ਹੈ। ਦਰਅਸਲ ਇੱਥੇ ਬਜਟ ਸੈਸ਼ਨ ਦੌਰਾਨ ਭਾਰੀ ਹੰਗਾਮਾ ਹੋਇਆ। ਤਸਵੀਰਾਂ ਨੇ ਓਡੀਸ਼ਾ ਅਸੈਂਬਲੀ ਦੀਆਂ। ਹੰਗਾਮੇ ਦਾ ਕਾਰਨ ਇਹ ਹੈ ਕਿ ਗੰਜਮ ਜ਼ਿਲ੍ਹੇ ਦੇ ਵਿੱਚ ਨਕਲੀ ਸ਼ਰਾਬ ਕਾਰਨ ਕਈ ਮੌਤਾਂ ਹੋਈਆਂ, ਜਿਸ ਤੋਂ ਬਾਅਦ ਕਾਂਗਰਸ ਤੇ ਬੀਜੇਡੀ ਦੇ ਵਿਧਾਇਕ ਆਪਸ 'ਚ ਭਿੜ ਗਏ। ਇੰਨਾ ਹੀ ਨਹੀਂ, ਉੱਥੇ ਬੈਠੇ ਮਹਿਲਾ ਸਪੀਕਰ ਦੀ ਕੁਰਸੀ ਤੱਕ ਵੀ ਇਹਨਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਜੋ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ। ਹੰਗਾਮਾ ਇਸ ਕਦਰ ਵੱਧ ਗਿਆ ਕਿ ਮਹਿਲਾ ਸਪੀਕਰ ਸੂਰਮਾ ਪਾਰਟੀ ਦੀ ਕੁਰਸੀ ਤੱਕ ਵਿਧਾਇਕ ਪਹੁੰਚਣ ਲੱਗੇ। ਹਾਲਾਂਕਿ ਗਣੀਮਤ ਇਹ ਰਹੀ ਕਿ ਉੱਥੇ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਪਿੱਛੇ ਕੀਤਾ, ਪਰ ਫਿਰ ਵੀ ਵਿਧਾਇਕਾਂ ਦੇ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਗਿਆ। ਇਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ। ਜਿਸ ਤਰੀਕੇ ਨਾਲ ਓਡੀਸ਼ਾ ਦੀ ਅਸੈਂਬਲੀ ਦੇ ਵਿੱਚ ਇਹ ਹੰਗਾਮਾ ਹੋਇਆ, ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਕਮੈਂਟਾਂ ਰਾਹੀਂ ਰਾਏ ਸਾਂਝਾ ਕਰਨਾ ਨਾ ਭੁੱਲਣਾ। ଶ୍ରୀ ଅମରେନ୍ଦ୍ର ଦାସ।